करांगा मान जो मुख मेहमान हरमन प्यारे सरदार भगवंत सिंह मान ऑनरेबल सीएम पंजाब के आर्मर्ड ते डिस्ट्रिक्ट कैडर के जवानों की पासिंग आउट परेड के मौके पर जवानों नूं अपना आशीर्वाद देन अपने विचार साढ़े सारे नाल सांझे करन प्लीज सर अज दे इस बहुत ही इतिहासिक दिन ते मेरे नाल मौजूद मेरे कैबिनेट के साथी मेरे 92 मैंबरी विधायकों की टीम दे मेरे साथी सारे डीजी पंजाब पुलिस श्री गौरव यादव जी स्पेशल डीजी श्री ईश्वर सिंह जी एडीजीपी पीएपी फारूकी साहब इस इतिहासक पीएपी दी ग्राउंड दे विच इस तो पहला सेवावां निभा चुके पंजाब पुलिस दे रिटायर ऑफिसर साहबान ते सब तो वध बधाई मेरे सामने खड़े मेरे देश पंजाब दे उन्हां नौजवानां ते उन्हां पंजाब दीआं धीआं नूं ਭੈਣਾਂ ਨੂੰ ਜਿਹੜੇ ਅੱਜ ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਆਪੋ ਆਪਣੀਆਂ ਪੋਜੀਸ਼ਨਾਂ ਤੇ ਜਾ ਕੇ ਪੰਜਾਬ ਦੇ ਵਿੱਚ ਵੱਖ ਵੱਖ ਜਗ੍ਹਾ ਤੇ ਕੰਮ ਕਰਨਗੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਉਹਨਾਂ ਦੇ ਜਿਹੜੇ ਮਾਪੇ ਆਏ ਹੋਏ ਨੇ ਰਿਸ਼ਤੇਦਾਰ ਆਏ ਹੋਏ ਨੇ ਉਹਨਾਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਇਹ ਦਿਨ ਉਡੀਕਦਿਆਂ ਬਹੁਤ ਸਾਲ ਲੰਘ ਗਏ ਸੀ ਇਹ ਮੈਂ ਕਹੂੰਗਾ ਪਾਸਿੰਗ ਆਊਟ ਪਰੇਡ ਨਹੀਂ ਇਹ ਇੱਕ ਉਮੀਦ ਦੀ ਪਰੇਡ ਸੀ ਹੋਪ ਕਿਉਂਕਿ ਮੈਂ ਗੱਲ ਕਰ ਰਿਹਾ ਸੀ ਸੀਨੀਅਰ ਆਫੀਸਰਸ ਨਾਲ ਉਹ ਖੁਦ ਵੀ ਇਹ ਕਹਿ ਰਹੇ ਸੀ ਕਿ ਇਸ ਤਰ੍ਹਾਂ ਦੇ ਫੰਕਸ਼ਨ ਜਾਂ ਇਸ ਤਰ੍ਹਾਂ ਦੇ ਪਾਸਿੰਗ ਆਊਟ ਪਰੇਡ ਸਾਨੂੰ ਖੁਦ ਨੂੰ ਦੇਖਿਆ ਨੂੰ ਬਹੁਤ ਟਾਈਮ ਹੋ ਗਿਆ ਅਸੀਂ ਖੁਦ ਭੁੱਲ ਗਏ ਕਿ ਲਾਸਟ ਟਾਈਮ ਅਸੀਂ ਕਦੋਂ ਦੇਖੀ ਸੀ ਇਸ ਤਰ੍ਹਾਂ ਦੀ ਪਰੇਡ ਕਿਉਂਕਿ ਸਿਰਫ ਰਾਜਨੀਤਿਕ ਰੈਲੀਆਂ ਬਸ ਹੋਰ ਤਾਂ ਕੁਛ ਨਹੀਂ ਰਹਿ ਗਿਆ ਸੀਗਾ ਪੋਲੀਟਿਕਸ ਦੇ ਨਾਮ ਤੇ ਜਾਂ ਸਰਕਾਰਾਂ ਦੇ ਨਾਮ ਤੇ ਹੁਣ ਅਸਲ 'ਚ ਰੰਗਲੇ ਪੰਜਾਬ ਦੇ ਰੰਗ ਜਿਹੜੇ ਨੇ ਆ ਸਾਹਮਣੇ ਖੜੇ ਨੇ ਹੁਣ ਇਸ ਤਰ੍ਹਾਂ ਦੇ ਫੰਕਸ਼ਨ ਹੋ ਰਹੇ ਨੇ ਚਾਹੇ ਉਹ ਬਿਜ਼ਨਸ ਸਮਿਟ ਹੋਣ ਭਾਵੇਂ ਉਹ ਟੂਰਿਸਟ ਸਮਿਟ ਹੋਣ ਭਾਵੇਂ ਉਹ ਨਿਯੁਕਤੀ ਪੱਤਰ ਵੰਡ ਸਮਾਰੋਹ ਹੋਣ ਇਹ ਜ਼ਰੂਰੀ ਸੀ ਬਹੁਤ ਜ਼ਰੂਰੀ ਸੀ ਕਿਉਂਕਿ ਪਹਿਲਾਂ ਪੇਪਰ ਲੈ ਲਏ ਜਾਂਦੇ ਸੀ ਫੀਸ ਭਰਾ ਲਈ ਜਾਂਦੀ ਸੀ ਪੇਪਰ ਨਹੀਂ ਹੁੰਦੇ ਸੀ ਐਗਜ਼ਾਮ ਨਹੀਂ ਹੁੰਦੇ ਸੀ ਐਗਜ਼ਾਮ ਹੁੰਦੇ ਸੀ ਰਿਜ਼ਲਟ ਨਹੀਂ ਆਉਂਦਾ ਸੀ ਸਿਲੈਕਟ ਹੋ ਜਾਂਦੇ ਸੀ ਟ੍ਰੇਨਿੰਗ ਨਹੀਂ ਹੁੰਦੀ ਸੀ ਟ੍ਰੇਨਿੰਗ ਹੋ ਜਾਂਦੀ ਸੀ ਅਪੁਆਇੰਟਮੈਂਟ ਨਹੀਂ ਮਿਲਦੀ ਸੀ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ
अड़िका पिया रहिंदा सी उम्मीदां ते, पर अज दी जिहड़ी उम्मीद वाली परेड है इहदे विच हुण कोई अड़िका नहीं। तुसी मैनूं बड़ा अच्छा लग्या तुहाडा जिहड़ा सिंकोनाइजेशन देख के किस तरह तुसी ट्रेनिंग कीती, और मैं तुहाडे जिहड़े ट्रेनर्स ने मैं उन्हां नूं भी वधाई देनी चाहुंदा। ਇਹ ਲੱਗਦਾ ਹੀ ਨਹੀਂ ਕਿ ਪੰਜਾਬ ਪੁਲਿਸ ਦੀ ਕੋਈ ਇੱਕ ਕੋਈ ਇੱਕ ਪਾਸਿੰਗ ਆਊਟ ਪਰੇਡ ਹੈ, ਕਿਸੇ ਦੇਸ਼ ਦੀ ਮਿਲਟਰੀ ਨਾਲੋਂ ਘੱਟ ਨਹੀਂ ਜਿਸ ਤਰੀਕੇ ਨਾਲ ਤੁਸੀਂ ਪਰੇਡ ਕਰ ਰਹੇ ਸੀ। ਵੱਖ ਵੱਖ ਸਿਖਲਾਈ ਕੇਂਦਰਾਂ ਤੇ ਤੁਸੀਂ ਟ੍ਰੇਨਿੰਗ ਲਈ ਹੈ, ਤਿੰਨ ਸਿਖਲਾਈ ਕੇਂਦਰ ਜਿਹੜੇ PRTC ਜਹਾਨਖੇਲਾ, ISTC ਕਪੂਰਥਲਾ ਤੇ ITC PAP ਜਲੰਧਰ, ਇਹਦੀ ਸਿਖਲਾਈ ਪੂਰੀ ਕਰ ਚੁੱਕੇ 2999 ਜਵਾਨਾਂ ਦੀ। ਇਹ ਫਸਟ ਟਾਈਮ ਹੋਇਆ ਕਿ 2999 ਜਵਾਨਾਂ ਦੀ ਤਿੰਨ ਸੈਂਟਰਾਂ ਦੀ ਜਿਹੜੀ ਇਕੱਠੀ ਪਰੇਡ ਹੋ ਰਹੀ ਹੈ। ਸੋ 2999 ਦੇ ਵਿੱਚੋਂ 1901 ਲੜਕੇ ਨੇ ਤੇ 1098 ਲਗਭਗ 1100 ਸਾਡੀਆਂ ਧੀਆਂ ਨੇ, ਸਾਡੀਆਂ ਭੈਣਾਂ ਨੇ, ਮਹਿਲਾ ਪੁਲਿਸ ਹੈ। ਅੱਜ ਜਿਸ ਵੇਲੇ ਪਰੇਡ ਕਮਾਂਡਰ ਮਨਪ੍ਰੀਤ ਕੌਰ ਬੜੇ ਵਧੀਆ ਤਰੀਕੇ ਨਾਲ ਪਰੇਡ ਨੂੰ ਡਾਇਰੈਕਸ਼ਨਸ ਦੇ ਰਹੇ ਸੀ, ਜਿਸ ਤਰੀਕੇ ਨਾਲ ਸਾਡੀਆਂ ਭੈਣਾਂ ਪਾਸਿੰਗ ਆਊਟ ਪਰੇਡ ਜਿਸ ਵੇਲੇ ਇੱਥੋਂ ਦੀ ਲੰਘ ਰਹੀ ਸੀ, ਡੈਡੀਕੇਸ਼ਨ ਉਹਨਾਂ ਦੇ ਮੂੰਹ ਤੇ ਇੱਕ ਲਾਲੀ ਤੇ ਅੱਖਾਂ ਦੇ ਵਿੱਚ ਇੱਕ ਉਮੀਦ ਸੀ, ਤਾਂ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਜਿਹੜੇ ਇਹਨਾਂ ਦੇ ਮਾਪੇ ਨੇ ਉਹਨਾਂ ਨੂੰ ਅੱਜ ਇਸ ਗੱਲ ਦੀ ਖੁਸ਼ੀ ਹੋਣੀ ਕਿ ਕੋਈ ਇਹ ਨਹੀਂ ਕਹੂਗਾ ਕਿ ਤੁਸੀਂ ਕੁੜੀ ਧੀ ਜੰਮੀ ਹੈ ਜਾਂ ਜੰਮਣ ਤੋਂ ਪਹਿਲਾਂ ਮਾਰਨ ਦਾ ਜਿਹੜਾ ਸਾਡੇ ਤੇ ਕਲੰਕ ਲੱਗ ਗਿਆ ਸੀ। ਅੱਜ ਅਸੀਂ ਸਾਡੀਆਂ ਧੀਆਂ ਨੇ, ਸਾਡੀਆਂ ਭੈਣਾਂ ਨੇ ਇੰਨੀਆਂ ਔਖੀਆਂ ਟ੍ਰੇਨਿੰਗਾਂ ਕਰਕੇ, ਜਿਹਦੇ ਵਿੱਚੋਂ ਇੱਕ ਕੁੜੀ ਮੈਨੂੰ ਅੱਜ ਤੇ ਪੁਰਸਕਾਰ ਮਿਲੇ ਸੀ ਕਿ ਪੰਜ ਮੁੰਡਿਆਂ ਨੂੰ ਹਰਾ ਕੇ ਉਹਨੇ ਸ਼ੂਟਿੰਗ ਦੇ ਵਿੱਚ ਪੁਰਸਕਾਰ ਜਿੱਤਿਆ। ਅੱਜ ਉਹਨਾਂ ਦੇ ਮਾਪਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੋਣੀ ਇੱਥੇ ਬੈਠਿਆਂ ਨੂੰ ਕਿ ਸਾਡੀਆਂ ਧੀਆਂ ਜਿਹੜੀਆਂ ਨੇ ਉਹਨਾਂ ਨੇ ਨਾਮ ਰੋਸ਼ਨ ਕੀਤਾ। ਔਰ ਮੈਨੂੰ ਪਤਾ ਹੈ ਜਿਸ ਵੇਲੇ ਮੈਂ ਇਸੇ ਗਰਾਊਂਡ 'ਚ ਆਇਆ ਸੀਗਾ ਪਿਛਲੇ ਦਿਨੀ, ਜਦੋਂ 560 ਸਬ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਸੀ, ਤਾਂ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਪਿੰਡਾਂ 'ਚੋਂ ਢੋਲ ਨਾਲ ਖੁਸ਼ੀਆਂ ਮਨਾਉਣ ਦੀਆਂ ਵੀਡੀਓ ਸਾਹਮਣੇ ਆਈਆਂ ਸੀ ਕਿ ਸਾਡੇ ਪਿੰਡ ਦੀ ਕੁੜੀ ਨੂੰ ਸਬ ਇੰਸਪੈਕਟਰ ਦੀ ਨੌਕਰੀ ਮਿਲੀ ਹੈ, ਹੁਣ ਸਾਡੇ ਪਿੰਡ ਦੇ 5 ਮੁਲਾਜ਼ਮ ਹੋ ਗਏ, ਹੁਣ ਸਾਡੇ ਪਿੰਡ ਦੇ 4 ਮੁਲਾਜ਼ਮ ਹੋ ਗਏ। ਮੈਨੂੰ ਉਮੀਦ ਹੈ ਕਿ ਅੱਜ ਜਦੋਂ ਤੁਸੀਂ ਨਿਯੁਕਤੀ ਪੱਤਰ ਤੁਸੀਂ ਇੱਥੋਂ ਬਾਹਰ ਜਾਓਗੇ, ਖੁਸ਼ੀ ਤਾਂ ਹੈਗੀ ਹੈ, ਪਰ ਤੁਹਾਡੇ ਪਿੰਡਾਂ 'ਚ ਤੁਹਾਡੇ ਰਿਸ਼ਤੇਦਾਰ, ਤੁਹਾਡੇ ਸੁਨੇਹੀ, ਜਿਨ੍ਹਾਂ ਜਿਨ੍ਹਾਂ ਨੇ ਇਸ ਸਟਰਗਲ ਦੇ ਟਾਈਮ 'ਚ ਕੋਈ ਕਿਸੇ ਨੇ ਪਤਾ ਨਹੀਂ ਕਿਵੇਂ ਪੜ੍ਹਾਈ ਕੀਤੀ ਹੋਊ, ਕਿਸੇ ਨੇ ਪੜ੍ਹਾਈ ਛੱਡ ਵੀ ਦਿੱਤੀ ਹੋਊ, ਬਾਅਦ ਦੇ ਵਿੱਚ ਕੋਈ ਉਮੀਦ ਬੱਝੀ ਹੋਊ, ਕੋਈ ਗਵਾਂਢੀਆਂ ਨੂੰ ਦੇਖ ਕੇ ਲੱਗਿਆ ਹੋਊ, ਕਿਸੇ ਨੇ ਗਵਾਂਢੀਆਂ ਨੇ ਹੈਲਪ ਦੇਖ ਕੇ ਲੱਗਿਆ ਹੋਊ, ਕਿਸੇ ਨੇ ਗਵਾਂਢੀਆਂ ਨੇ ਹੈਲਪ ਕੀਤੀ ਹੋਊ। ਸੋ ਅੱਜ ਸਾਰੇ ਉਹ ਫਿਰ ਦੁਬਾਰਾ ਖੁਸ਼ੀ ਦੇ ਮਾਹੌਲ ਦੇ ਵਿੱਚ ਅੱਜ ਪਿੰਡਾਂ ਦੇ ਵਿੱਚ ਜਾਂ ਆਪਣੇ ਆਪਣੇ ਜਗ੍ਹਾ 'ਤੇ ਜਦੋਂ ਜਾਓਗੇ ਉੱਥੇ ਲੱਡੂ ਵੰਡੇ ਜਾਣਗੇ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਪਰਮਾਤਮਾ ਨੇ ਇਹ ਦਿਨ ਜਿਹੜੇ ਨੇ ਦਿਖਾਉਣ ਲਈ ਮੇਰੀ ਡਿਊਟੀ ਲਾਈ ਹੈ, ਇਹ ਸੇਵਾ ਮੈਥੋਂ ਲੈ ਰਿਹਾ ਪਰਮਾਤਮਾ। ਮੈਂ ਇਸ ਗੱਲ ਲਈ ਸਦਾ ਰਿਣੀ ਰਹੂੰਗਾ, ਕਰਜ਼ਦਾਰ ਰਹੂੰਗਾ ਪੰਜਾਬੀਆਂ ਦਾ ਵੀ। ਜਿਸ ਤਰ੍ਹਾਂ ਈਸ਼ਵਰ ਸਿੰਘ ਜੀ ਨੇ ਦੱਸਿਆ, ਜਿਸ ਤਰ੍ਹਾਂ DGP ਸਾਹਿਬ ਨੇ ਦੱਸਿਆ, ਜਿਸ ਤਰ੍ਹਾਂ DGP ਸਾਹਿਬ ਨੇ ਦੱਸਿਆ ਕਿ ਕੋਈ ਆਖਰੀ ਫੰਕਸ਼ਨ ਨਹੀਂ ਹੈਗਾ, ਇਹ ਤਾਂ ਅਜੇ ਸ਼ੁਰੂਆਤ ਹੈ, ਨੰਬਰਿੰਗ ਹੈ। ਤਾਂ ਹਰ ਸਾਲ ਅਸੀਂ ਪੰਜਾਬ ਪੁਲਿਸ ਨੂੰ ਅਪਡੇਟ ਕਰਨਾ ਹੈ, ਹਰ ਸਾਲ ਭਰਤੀਆਂ ਹੋਣਗੀਆਂ। ਅਸੀਂ ਜਿਹੜੀ ਇਸ ਵਾਰ ਭਰਤੀ ਜਿਹੜੀ, ਕਿਉਂਕਿ ਅਸੀਂ 4 ਸਾਲ ਦਾ ਅੱਗੇ ਨੋਟੀਫਿਕੇਸ਼ਨ ਸਿੱਧਾ ਹੀ ਦਿੱਤਾ ਕਿ ਜਨਵਰੀ 'ਚ ਨੋਟੀਫਿਕੇਸ਼ਨ, ਮਈ ਜੂਨ 'ਚ ਪੇਪਰ, ਜੁਲਾਈ ਅਗਸਤ 'ਚ ਰਿਜ਼ਲਟ ਲਿਖਤੀ ਪੇਪਰ ਦਾ, ਅਕਤੂਬਰ 'ਚ ਫਿਜ਼ੀਕਲ ਟੈਸਟ, ਨਵੰਬਰ 'ਚ ਨਿਯੁਕਤੀ ਪੱਤਰ, ਦਸੰਬਰ 'ਚ, ਹਰ ਦਸੰਬਰ, ਅਗਲੇ ਸਾਲ ਵੀ ਦਸੰਬਰ 'ਚ, ਉਸ ਤੋਂ ਅਗਲੇ ਸਾਲ ਵੀ ਦਸੰਬਰ 'ਚ ਤੁਹਾਨੂੰ ਜਿਹੜਾ ਉਹ ਨਿਯੁਕਤੀ ਪੱਤਰ ਲੈ ਕੇ ਤੁਸੀਂ ਨੌਕਰੀ 'ਤੇ ਲੱਗ ਜਾਓਗੇ, ਕਿਉਂਕਿ ਇਹਦੇ ਨਾਲ ਉਮੀਦ ਬਣਦੀ ਹੈ। ਟ੍ਰੇਨਿੰਗ ਜੇ ਇੱਕ ਵਾਰੀ ਰਹਿ ਗਏ ਤਾਂ ਦੂਜਾ ਮੌਕਾ ਮਿਲੂਗਾ, ਕੋਈ ਐਸੀ ਗੱਲ ਨਹੀਂ। ਸੋ ਗਰਾਊਂਡ ਦੇ ਵਿੱਚ ਜਾਓਗੇ, ਟ੍ਰੇਨਿੰਗ ਕਰੋਗੇ, ਬੁਰੀ ਸੰਗਤ ਤੋਂ ਬਚੋਗੇ, ਤਾਂ ਸਾਡਾ ਪੰਜਾਬ ਜਿਹੜਾ ਦੁਬਾਰੇ ਪੰਜਾਬ ਬਣੂਗਾ।
सो मैं जिहड़ा फ्यूचर दे विच असी भर्ती दा दौर जिहड़ा उहदे विच पंजाब पुलिस 1800 सिपाही ते 300 सब इंस्पैक्टर की भर्ती की जिहड़ी प्रक्रिया चल रही है 53 सिपाही ते 12 सब इंस्पैक्टर स्पोर्ट्स कोटे च भर्ती किए जाएंगे इस तरह चलता रहेगा ते नाल इसे बैच दे विचों ही जिहड़ी नवीं पुलिस बना रहे आपां SSF सड़क सुरक्षा फोर्स क्योंकि सड़कां ते बहुत डेंजरस लाइफ हो गई है एक दिन च 14 की एवरेज पंजाब दे विच एक दिन च 14 ऑन स्पॉट डैथ 14 मौतों की ये मैं 2018 च पार्लीमेंट च बोलिया सी हुण तां वध गईआं होणियां जे 14 भी ला लीए तां भी साल दे 5200-5300 लोग सड़कां ते एवें कीमती जानां गवा लैंदे आ सो असी कहा भी एक पुलिस ही इदां दी रखीए जिहड़ी सड़क ते रवे उहनां कोले शानदार जिहड़ी अज सब तो तकड़ी जिहड़ी सब तो वध हॉर्स पावर दीआं गड्डियां देवांगे उहनां नूं उहनां दे विच उहनां कोले फस्ट एड दा समान होऊगा गैस कटर्स होणगे उहनां कोले गड्डियां नूं कोई ट्रक खराब हो गया कोई गन्ने वाली ट्राली पलट गई उहनां नूं चक के साइड ते करन दा उहनां सारा होऊगा प्रबंध हर 30 किलोमीटर बाद तुहानूं हर 30 किलोमीटर दे रेडियस च SSF दी शानदार गड्डी ते बहुत शानदार वर्दी उहदी सिलेक्ट कीती है साडे जिहड़े पंजाब पुलिस ने ਉਹ ਤੁਹਾਨੂੰ ਜਵਾਨ ਉੱਥੇ ਮਿਲਣਗੇ ਜਾਨਾਂ ਬਚਾਉਂਦੇ ਜੇ ਆਪਾਂ 50% ਵੀ ਇੱਕ ਸਾਲ 'ਚ ਕਾਮਯਾਬੀ ਹੋ ਗਈ ਸਮਝ ਲਓ 2500 ਬੰਦੇ ਦੀ ਜਾਨ ਬਚਾ ਲਈ ਸਮਝ ਲਓ 2500 ਸੋ ਇਸ ਤੋਂ ਵੱਡਾ ਪੁੰਨ ਵਾਲਾ ਕੋਈ ਕੰਮ ਨਹੀਂ ਹੋਊਗਾ ਸੋ ਮੈਂ ਇਸ ਮੌਕੇ 'ਤੇ ਜਿੱਥੇ ਵਧਾਈ ਵੀ ਦਿੰਦਾ ਉੱਥੇ ਨਾਲ ਉਮੀਦ ਵੀ ਕਰਦਾ ਕਿਉਂਕਿ ਪੁਲਿਸ ਨੂੰ ਅਪਡੇਟ ਕਰਨਾ ਸਾਡਾ ਫਰਜ਼ ਹੈ ਕਿਉਂਕਿ ਜਿਹੜੇ ਗੈਰ ਸਮਾਜਿਕ ਤੱਤ ਨੇ ਸ਼ਰਾਰਤੀ ਅਨਸਰ ਨੇ ਉਹ ਜਿਹੜੇ ਨੇ ਉਹ ਨਵੇਂ ਨਵੇਂ ਤਰੀਕੇ ਕ੍ਰਾਈਮ ਦੇ ਕੱਢਦੇ ਆ ਤਾਂ ਉਹਨੂੰ ਕਾਊਂਟਰ ਕਰਨ ਵਾਸਤੇ ਸਾਡੇ ਕੋਲ ਉਸ ਤੋਂ ਵੀ ਨਵੇਂ ਚਾਹੀਦੇ ਆ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਆ ਉਹਦੇ ਵਿੱਚ ਪੁਲਿਸਿੰਗ ਨੂੰ ਲੈ ਕੇ ਆ ਰਹੇ ਹਾਂ ਔਰ ਨਾਲ ਸਾਡੇ ਕੋਲ ਬਹੁਤ ਸਾਰੀਆਂ ਵੱਡੇ ਵੱਡੀਆਂ ਕੰਪਨੀਆਂ ਗੂਗਲ ਵਰਗੀ ਕੰਪਨੀ ਜਿਹੜੀ ਆ ਉਹ ਸਾਡੇ ਨਾਲ ਸੰਪਰਕ 'ਚ ਹੈ ਕਿ ਅਸੀਂ ਪੰਜਾਬ ਪੁਲਿਸ ਨੂੰ ਅਪਡੇਟ ਕਰਨਾ ਗੱਡੀਆਂ ਨਵੀਆਂ ਹੋਣ ਗੱਡੀਆਂ ਦੇ ਵਿੱਚ ਇਕਿਊਪਮੈਂਟ ਐਸੇ ਹੋਣ ਜੋ ਜੇ ਕੋਈ ਫੋਨ ਕਰੇ ਤਾਂ ਸਭ ਤੋਂ ਨੇੜੇ ਵਾਲੀ ਗੱਡੀ 'ਚ ਬੈਲ ਵੱਜੇ ਫੋਨ ਉੱਥੇ ਚੱਕਿਆ ਜਾਵੇ ਅਤੇ ਨਾਲ ਦੀ ਨਾਲ ਉਹਨਾਂ ਨੂੰ ਸਹਾਇਤਾ ਪਹੁੰਚੇ ਸੋ ਇਸ ਕਰਕੇ ਪੰਜਾਬ ਦੀ ਪੁਲਿਸ ਨੂੰ ਅਸੀਂ ਡਿਸਿਪਲਨ 'ਚ ਅਤੇ ਕੰਮਕਾਜ ਅਤੇ ਲੋਕਾਂ ਦੀ ਸਹਾਇਤਾ 'ਚ ਨੰਬਰ 1 ਪੁਲਿਸ ਜਿਹੜੀ ਹੈ ਦੇਸ਼ ਦੀ ਉਹ ਬਣਾਉਣੀ ਚਾਹੁੰਦੇ ਔਰ ਉਦੋਂ ਜ਼ਿਆਦਾ ਦੂਰ ਨਹੀਂ ਹੈਗੇ ਜੋ ਜਿਸ ਤਰੀਕੇ ਨੇ ਮੈਂ ਅੱਜ ਤੁਹਾਡੀ ਡੈਡੀਕੇਸ਼ਨ ਦੇਖੀ ਹੈ ਅਤੇ ਨਾਲ ਨਾਲ ਵੀ ਬਹੁਤ ਸਾਰੀਆਂ ਐਸੀਆਂ ਭਰਤੀਆਂ ਜਾ ਰਹੀਆਂ ਨੇ ਟੈਕਨੀਕਲ ਸਪੋਰਟਸ ਸਰਵਿਸਿਜ਼ ਦੇ ਵਿੱਚ 267 ਸਬ ਇੰਸਪੈਕਟਰ 2340 ਸਿਪਾਹੀਆਂ ਦੇ ਇਨਵੈਸਟੀਗੇਸ਼ਨ ਕਾਡਰ 787 ਹੈੱਡ ਕਾਂਸਟੇਬਲ 362 ਸਿਪਾਹੀ ਇੰਟੈਲੀਜੈਂਸ ਕਾਡਰ 794 ਨਵੇਂ ਸਿਪਾਹੀ ਉਹਨਾਂ ਨੂੰ ਵੀ ਜਲਦੀ ਨਿਯੁਕਤੀ ਪੱਤਰ ਮਿਲਣਗੇ ਹੁਣ ਨਿਯੁਕਤੀ ਪੱਤਰ ਵੰਡਣ ਦਾ ਟਾਈਮ ਹੈ ਟ੍ਰੇਨਿੰਗਾਂ ਹੋ ਗਈਆਂ ਬਹੁਤ ਸਾਰਾ ਇੰਤਜ਼ਾਰ ਵੀ ਹੋ ਗਿਆ ਬਹੁਤ ਸਾਰਾ ਸਬਰ ਵੀ ਹੋ ਗਿਆ ਅਤੇ ਹੁਣ ਸਬਰ ਦਾ ਫਲ ਮਿੱਠਾ ਜਿਹੜਾ ਉਹ ਮਿੱਠਾ ਫਲ ਲੈਣ ਦੀ ਵਾਰੀ ਹੈ ਨੀਅਤ ਸਾਫ਼ ਹੋਵੇ ਤਾਂ ਪਰਮਾਤਮਾ ਵੀ ਸਾਥ ਦਿੰਦਾ ਆਹ ਦੇਖੋ ਮੌਸਮ ਇਸ ਤਰ੍ਹਾਂ ਕਰਤਾ ਕਿ ਕਿਉਂਕਿ ਜਵਾਨ ਬਹੁਤ ਦੇਰ ਦੇ ਖੜ੍ਹੇ ਨੇ ਗਰਮੀ 'ਚ ਅਤੇ ਮੌਸਮ ਵੀ ਰੱਬ ਨੇ ਵੀ ਕਿਹਾ ਸੱਚੇ ਦਿਲੋਂ ਸਾਰਾ ਕੁਝ ਕੰਮ ਹੋ ਰਿਹਾ ਤਾਂ ਫਿਰ ਮੈਂ ਵੀ ਸਹਾਇਤਾ ਕਰਦਾ ਤੋ ਜੇ ਸੱਚੇ ਦਿਲੋਂ ਚੱਲੀਏ ਤਾਂ ਪਰਮਾਤਮਾ ਵੀ ਸਾਥ ਦਿੰਦਾ ਨੀਤਾਂ ਨੂੰ ਮਰਾਦਾਂ ਜਿਵੇਂ ਪੰਜਾਬੀ ਦੀ ਕਹਾਵਤ ਹੈ ਸੋ ਮੈਂ ਖਾਸ ਤੌਰ 'ਤੇ ਇਹਨਾਂ ਦੇ ਮਾਪਿਆਂ ਨੂੰ ਮੈਂ ਰਿਸ਼ਤੇਦਾਰਾਂ ਨੂੰ ਮੈਂ ਕਹਿਣਾ ਚਾਹੁੰਦਾ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿਉਂਕਿ ਪਤਾ ਨਹੀਂ ਕਿਵੇਂ ਕਈਆਂ ਨੇ ਇੱਕ ਡੰਗ ਰੋਟੀ ਘਟਾਈ ਹੋਣੀ ਕਈਆਂ ਨੇ ਬਹੁਤ ਸਾਰੇ ਹੋਰ ਆਪਣੇ ਕੰਮ ਧੰਦੇ ਛੱਡ ਕੇ ਬੱਚਿਆਂ ਨੂੰ ਪੜ੍ਹਾਇਆ ਹੋਣਾ ਟ੍ਰੇਨਿੰਗ ਵਾਸਤੇ ਭੇਜਿਆ ਹੋਣਾ ਇੱਥੇ ਰੋਟੀ ਲੈ ਕੇ ਵੀ ਆਉਂਦੇ ਹੋਣਗੇ ਮਿਲਣ ਆਉਂਦੇ ਹੋਣਗੇ ਚਿੰਤਾ ਰਹਿੰਦੀ ਹੋਣੀ ਪਰ ਅੱਜ ਤੁਸੀਂ ਬੜੇ ਮਾਣ ਨਾਲ ਅੱਜ ਤੁਹਾਨੂੰ ਪਹਿਲਾਂ ਕਹਿੰਦੇ ਹੋ ਪਹਿਲਾਂ ਇਹ ਹੁੰਦਾ ਸੀਗਾ ਕਿ ਤੁਹਾਡੇ ਬੱਚੇ ਦਾ ਨਾਮ ਇਹ ਕਿਹਾ ਜਾਂਦਾ ਸੀ ਇਹ ਗੁਰਦੇਵ ਸਿੰਘ ਦਾ ਬੇਟਾ ਹੈ ਹੁਣ ਉਲਟਾ ਕਿਹਾ ਜਾਊਗਾ ਕਿ ਜਸਪ੍ਰੀਤ ਇਹਦਾ ਬਾਪੂ ਜਿਹੜਾ ਉਹਦਾ ਬਾਪੂ ਹੈ ਇਹ ਸੋ ਬੱਚੇ ਦੇ ਨਾਂ 'ਤੇ ਤੁਹਾਨੂੰ ਜਾਣਿਆ ਜਾਊਗਾ ਕਿਉਂਕਿ ਇਹ ਅੱਗੇ ਵੀ ਪੜ੍ਹਾਈਆਂ ਜਾਰੀ ਰੱਖਣਗੇ ਅੱਗੇ ਪੜ੍ਹਨਗੇ ਇਹਦੇ 'ਚੋਂ ਬਹੁਤ ਸਾਰੇ ਹੋਰ ਤਰੱਕੀਆਂ ਹੋਣਗੀਆਂ ਤੁਸੀਂ ਬਹੁਤ ਦੇਰ ਤੋਂ ਖੜ੍ਹੇ ਹੋ ਇਸ ਕਰਕੇ ਮੈਂ ਬਹੁਤਾ ਟਾਈਮ ਨਹੀਂ ਲੈਣਾ ਬਸ ਮੈਂ ਤਾਂ ਇਸੇ
दी गल दी बधाई ते मैनूं बहुत खुशी अखां नूं भी देख के खुशी हो रही है कि साडे जिहड़े जवान ने साडियां जिहड़ियां धीआं साडियां भैणां और महिला शक्ति जिहड़ी है साडी ਉਹ ਇਹ ਕਿਸੇ ਤੋਂ ਘੱਟ ਨਹੀਂ ਹੈਗੇ ਅਸੀਂ ਸੋ ਬਹੁਤ ਬਹੁਤ ਮੁਬਾਰਕਬਾਦ ਮੈਂ ਦੇਣੀ ਚਾਹੁੰਦਾ ਔਰ ਮੈਨੂੰ ਪਤਾ ਲੱਗਿਆ ਕਿ 26 ਜਨਵਰੀ ਦੇ ਵਿੱਚ ਵੀ ਇਹ ਜਿਹੜੇ ਸਾਡੀ ਜਿਹੜੀ ਟੀਮ ਹੈ ਇਹ ਫਸਟ ਆਈ ਸੀ 26 ਜਨਵਰੀ ਦੀ ਪਰੇਡ ਦੇ ਵਿੱਚ ਵੀ ਅਸੀਂ ਜਿੱਤੇ ਹੋਏ ਹਾਂ ਸੋ ਪੰਜਾਬੀ ਹਾਂ ਜਾਂ ਤਾਂ ਘਰੇ ਹੀ ਰਹਿੰਦੇ ਹਾਂ ਜੇ ਬਾਹਰ ਜਾਂਦੇ ਹਾਂ ਤਾਂ ਨੰਬਰ 1 ਤੋਂ ਬਿਨਾਂ ਸਾਨੂੰ ਕੋਈ ਹੋਰ ਪੋਜੀਸ਼ਨ ਪਸੰਦ ਨਹੀਂ ਹੈਗੀ ਸੋ ਅਸੀਂ ਨੰਬਰ 1 ਰਹਿਣਾ ਤੇ ਪੰਜਾਬ ਦਾ नाम रोशन करना है जे पंजाब नंबर 1 सूबा बन गया तो साडे देश नू दुनिया दा नंबर 1 कंट्री बनाउण तों कोई नहीं रोक सकदा भारत है वांग मुंदरी विच नग पंजाब दा ते ओ नग जिहड़े तुसी हो जदों नग इन्ने चमकरे होण फिर मुंदरी जिहड़ी है ओ ओनू कोई खतरा नहीं हुंदा सो असी इस गल्लों भगत सिंह दी अज मैनू लाइनां याद आउंदियां ने भगत सिंह ने लिखिया कि इश्क करना सबका पैदाइशी हक है इश्क करना सबका पैदाइशी हक है क्यों ना इस बार वतन की सरजमी को महबूब बना लिया जाए जो तुसी सौ खादी के मैं बिना किसी डर तो भय तो या पक्षपात तो मैं अपनी ड्यूटी निभावांगा सब तो वड्डी गल ओह है जो तुसी तुहाडे कोले लोक आउणगे दुखी लोग आउणगे तुहाडे कोले ज्यादातर पुलिस कोले ज्यादातर शिकायतां ही आउंदियां और जे तुसी इंसाफ करता तां पुन्न ਉਹਦੀ ਕੋਈ ਕਿਸੇ ਕਰੰਸੀ 'ਚ ਕੋਈ ਵੈਲਿਊ ਨਹੀਂ ਹਾਂ ਤੁਸੀਂ ਜੇ ਕੋਈ ਇਸ ਤਰ੍ਹਾਂ ਦਾ ਸਿਫਾਰਿਸ਼ ਪੁਰਸ਼ ਕਿਤੋਂ ਮੰਨ ਕੇ ਕਰਤਾ ਕੰਮ ਗਲਤ ਤਾਂ ਜਿਹੜੀ ਬਦਦੁਆ ਆਊਗੀ ਉਹਦੇ ਵਰਗਾ ਕੋਈ ਮੈਂ ਕਹਿੰਦਾ ਉਹ ਕਹਿੰਦੇ ਨਾ ਗਰੀਬ ਕੀ ਦੁਆ ਔਰ ਪਰਮਾਤਮਾ ਕੀ ਦਰਗਾਹ ਸਿੱਧਾ ਰਸਤਾ ਹੈ ਕੋਈ ਨੋ ਬਾਈਪਾਸ ਨੋ ਬੱਸ ਸਟੈਂਡ ਇਨ ਬਿਟਵੀਨ ਸਿੱਧਾ ਰਾਹ ਹੈ ਸੋ ਤੁਸੀਂ ਤੁਹਾਡੇ ਕੋਲ ਬਹੁਤ ਵੱਡਾ ਮੌਕਾ ਹੈ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਅਤੇ ਉਹਨਾਂ ਦੀਆਂ ਜਿਹੜੀਆਂ ਦੁਆਵਾਂ ਲੈਣ ਦਾ ਸੋ ਮੈਂ ਇੱਕ ਵਾਰੀ ਫਿਰ ਇਹ ਗੱਲ ਕਹਿ ਕੇ ਕਿ ਲੰਬੇ ਸਫ਼ਰ ਕੋ ਮੀਲੋ ਮੇ ਮਤ ਬਾਂਟੀਏ ਕੌਮ ਕੋ ਕਬੀਲੋ ਮੇ ਮਤ ਬਾਂਟੀਏ ਇੱਕ ਬਹਿਤਾ ਦਰਿਆ ਹੈ ਮੇਰਾ ਭਾਰਤ ਦੇਸ਼ ਇਸਕੋ ਨਦੀਓ ਔਰ ਝੀਲੋ ਮੇ ਮਤ ਬਾਂਟੀਏ ਔਰ ਮੈਂ DGP ਸਾਹਿਬ ਨੂੰ ਫਾਰੂਕੀ ਸਾਹਿਬ ਨੂੰ ਈਸ਼ਵਰ ਸਿੰਘ ਜੀ ਨੂੰ ਔਰ ਸਾਰੇ ਸਟਾਫ ਨੂੰ PAP ਨੂੰ ਕਹਿਣਾ ਚਾਹੁੰਦਾ ਕਿ ਲੋਕੋ ਕੋ ਅਕਸਰ ਕਹਿਤੇ ਸੁਣਾ ਹੈ ਕਿ ਜਿੰਦਾ ਰਹੇ ਤੋ ਫਿਰ ਮਿਲੇਂਗੇ ਲੇਕਿਨ ਇਸ ਦਿਲ ਨੇ ਕਹਾ ਹੈ ਵਾਰ ਵਾਰ ਮਿਲਤੇ ਰਹੇ ਤੋ ਜਿੰਦਾ ਰਹੇਂਗੇ ਜਦੋਂ ਮਰਜ਼ੀ ਬੁਲਾਇਓ ਇੱਥੇ ਇਸ ਤਰ੍ਹਾਂ ਦੇ ਜਿਹੜੇ ਨਿਯੁਕਤੀ ਪੱਤਰ ਵੰਡ ਸਮਾਰੋਹ ਜਦੋਂ ਬੁਲਾਓਗੇ ਮੈਂ ਹਾਜ਼ਰ ਹੋਊਂਗਾ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਬਾਦ ਹੈ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੈ ਹਿੰਦ ਥੈਂਕ ਯੂ ਸਰ ਹੁਣ ਮੈਂ ਬੇਨਤੀ ਕਰਾਂਗਾ ਸ਼੍ਰੀ MF ਫਾਰੂਕੀ IPS ADGP ਸਟੇਟ ਆਰਮ ਪੁਲਿਸ ਕੇ ਵੋਟ ਆਫ ਥੈਂਕਸ ਪ੍ਰੈਜ਼ੈਂਟ ਕਰਾਂ ਇਸਸੇ ਪਹਿਲੇ ਕਿ ਮੈਂ ਮਾਨਯੋਗ ਮੁੱਖ ਪੱਧਰੀ ਸਾਹਿਬ ਦਾ ਧੰਨਵਾਦ ਕਰਾਂ ਇੱਕ ਸ਼ੇਰ ਉਹਨਾਂ ਵੱਲੋਂ ਪੂਰੇ ਪੰਜਾਬ ਨੂੰ ਕਿ ਕੋਈ ਇਹ ਸੂਰਜ ਸਜਾ ਕੇ ਕਹਿ ਦੇ ਉਹ ਆਪਣੀ ਕਿਰਨੋਂ ਕੋ ਪਾਸ ਰੱਖੇ ਕੋਈ ਇਹ ਸੂਰਜ ਸਜਾ ਕੇ ਕਹਿ ਦੇ ਉਹ ਆਪਣੀ ਕਿਰਨੋਂ ਕੋ ਪਾਸ ਰੱਖੇ ਮੈਂ ਆਪਣੇ ਸਹਿਰਾ ਕੇ ਜ਼ਰਰੇ ਜ਼ਰਰੇ ਕੋ ਖੁਦ ਚਮਕਣਾ ਸਿਖਾ ਰਹਾ ਹੂੰ ਬਹੁਤ ਹੀ ਮਾਨਯੋਗ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਾਹਿਬ ਮਿਨਿਸਟਰ ਸਾਹਿਬ MP ਸਾਹਿਬ ਅਤੇ MLA ਸਾਹਿਬਾਨ DGP ਸਾਹਿਬ ਪੰਜਾਬ ਸਪੈਸ਼ਲ DGP ਸਾਹਿਬ HRD ਪੁਲਿਸ ਅਫਸਰਾਨ ਰਿਟਾਇਰਡ ਪੁਲਿਸ ਅਫਸਰਾਨ ਸਾਰੇ ਆਏ ਹੋਏ ਮਹਿਮਾਨ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਦੇ ਮਹਿਮਾਨ ਤੇ ਪਾਸ ਆਊਟ ਹੋ ਰਹੇ ਆਜ ਸਾਰੇ ਖੁਸ਼ਕਿਸਮਤ ਜਵਾਨੋ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਅੱਜ ਦੇ ਸਮਾਗਮ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਮੁੱਖ ਮੰਤਰੀ ਪੰਜਾਬ ਸਵੈਮ ਇੱਥੇ ਆ ਕੇ ਤੁਹਾਨੂੰ ਸਾਰਿਆਂ ਨੂੰ ਅਸੀਸਾਂ ਦਿੱਤੀਆਂ ਨੇ ਇਹ ਬਹੁਤ ਭਾਗਾਂ ਵਾਲਾ ਛੜ ਹੈ ਬਹੁਤ ਭਾਗਾਂ ਵਾਲਾ ਸਮਾਂ ਹੈ ਇਹਦੇ ਲਈ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਰੁਝੇਵੇਂ ਵਿੱਚੋਂ ਇੰਨਾ ਸਮਾਂ ਕੱਢ ਕੇ ਸਾਡੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਉਹਨਾਂ ਦੀ ਮਿਹਨਤ ਨੂੰ ਜਿਹੜਾ ਹੈਗਾ ਉਹ ਸਰ ਮੱਥੇ ਕਰਾਉਣ ਲਈ ਅੱਜ ਇੱਥੇ ਹਾਜ਼ਰ ਹੋ ਕਰਕੇ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ ਹੈਗਾ ਮੈਂ DGP ਪੰਜਾਬ ਸ਼੍ਰੀ ਗੌਰਵ ਯਾਦਵ ਸਾਹਿਬ ਦਾ ਵੀ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਹਰ ਸਮਾਂ ਤੇ ਗਾਈਡੈਂਸ ਦਿੱਤੀ
हर समा सपोर्ट दिता, जिस तरीके नाल भी ट्रेनिंग दी लोड़ सीगी ते हर वेले उन्हां दी गाइडेंस सानू मुहैया रही है। सर मैं जनाब दा भी बड़ा धन्नवादी हाँ। इहदे अलावा श्री ईश्वर सिंह जी ADG HRD जिहड़े ने उन्हां दा भी मैं धन्नवाद करदा। मैं आज निष्क्रमण तो पहला सारे इत्थे जिहड़े मौजूद प्रिंट मीडिया सारे लोगों का धन्नवाद करता होया आज सारे ने जुआया कहना कि आज का जिहड़ा इतिहास इतिहासिक है। सारियां नूं धन्नवाद ते परमात्मा इस तरह की जिहड़ी परेडा हैगियां इहनूं हमेशा जारी रखे। धन्नवाद। परेड कमांडर लेडी रिक्रूट कांस्टेबल मनप्रीत कौर परेड को निष्क्रमण करने की आज्ञा लैन लई सलामी मंच के सामने पहुंचते हुए आज्ञा स्वीकार हुई। वापस अपने अलाइनमेंट वाल वादे हुए दाहिने अते बाई तरफ तो बाहर जांदे हुए तीन ट्रेनिंग सेंटर ने आज अश्विनी स्टेडियम पे एक इतिहास कायम किया है। 3,000 दे लगभग अपने राज पंजाब की सेवा च लग जाएंगे। इन्हों आशीर्वाद दिता साढ़े मान योग मुख मेहमान हरमन प्यारे सरदार भगवंत सिंह मान ऑनरेबल चीफ मिनिस्टर पंजाब जी ने।